बीते दिन बीबीएमबी पावर हाउस विच यूनियना दी मानता ली हुई वोटिंग दे 22/6/2022 नूं चंडीगढ़ विखे लाने नतीजियां विचों भाखड़ा ब्यास इंपलॉयज यूनियन एटक ने वड्डे मार्जन नाल जित प्राप्त की। जित प्राप्त करन तो बाद एटक यूनियन दे प्रधान अशोक कुमार ने अपने यूनियन दे साथियों समेत तलवाड़ा दे बीबीएमबी वर्करां दा धन्नवाद किया ते नाल ही बीबीएमबी मुलाजमान नूं आ रही मुश्किलों नूं जल्द ही हल करवाउण दा भरोसा दिता। इस मौके ते रविंदर सिंह, नरेश कुमार, गुरसाहब सिंह, बलकार सिंह, केवल सिंह आदि भी मौजूद सन। लाइव पंजाब न्यूज़ तो सोनू थापर की विशेष रिपोर्ट। ਇਹ ਲੋਕਾਂ ਦੀ ਜਿੱਤ ਹੋਈ ਹੈ, ਕਰਮਚਾਰੀਆਂ ਦੇ ਬੀਬੀਐਮਬੀ ਦੇ ਕਰਮਚਾਰੀਆਂ ਦੀ, ਪਾਵਰ ਵਿੰਗ ਦੇ ਸਾਰੇ ਕਰਮਚਾਰੀਆਂ ਦੀ ਜਿੱਤ ਹੈ, ਨਾ ਕਿ ਭਾਖੜਾ ਬਿਆਸ ਇੰਪਲਾਈ ਯੂਨੀਅਨ ਦੀ। ਇਹ ਕਰਮਚਾਰੀਆਂ ਨੇ ਪਿਛਲੇ ਜਿਹੜੀ ਯੂਨੀਅਨ ਸੀਗੀ ਉਸਨੇ ਜੋ ਕੰਮ ਕੀਤੇ ਨਹੀਂ ਕੰਮ ਕੀਤੇ ਅਤੇ ਉਸਦਾ ਜਿਹੜਾ ਹੈਗਾ ਅੱਜ ਲੋਕਾਂ ਨੇ ਸਾਨੂੰ 334 ਵੋਟਾਂ ਨਾਲ ਜਿਤਾਇਆ ਅਤੇ ਹੁਣ ਮੈਂ ਸਾਰੇ ਕਰਮਚਾਰੀ ਬੀਬੀਐਮਬੀ ਕਰਮਚਾਰੀਆਂ ਦੇ ਟਰਾਂਸਮਿਸ਼ਨ ਜਨਰੇਸ਼ਨ ਦੇ ਕਰਮਚਾਰੀਆਂ ਦਾ ਮੈਂ ਧੰਨਵਾਦ ਕਰਦਾ। ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਸੰਘਰਸ਼ ਕੀਤਾ ਜਾਊਗਾ, ਸੰਘਰਸ਼ ਸਾਡਾ ਤਿਆਰ ਹੈ। ਆਉਣ ਵਾਲੇ ਟਾਈਮ ਦੇ ਕੰਟੈਕਟ ਦੇ ਸਾਥੀ, ਉਸ ਤੋਂ ਬਾਅਦ ਜਿਹੜੇ ਆਪਣਾ ਰਾਜਸਥਾਨ ਦੇ ਸਾਥੀ, ਹੋਰ ਸਾਡੀਆਂ ਬੀਬੀਐਮਬੀ ਦੀਆਂ ਪ੍ਰਮੋਸ਼ਨਾਂ, ਇਸ ਦੇ ਬਾਰੇ ਜਿਹੜੀ ਹੈ ਲੜਾਈ ਜਿਹੜੀ ਹੈ ਕੀਤੀ ਜਾਊਗੀ ਅਤੇ ਇਹਨਾਂ ਬੰਦਿਆਂ ਨੂੰ ਜਿਹੜਾ ਕੰਟੈਕਟ ਵਾਲੇ ਸਾਥੀਆਂ ਨੂੰ ਸਭ ਤੋਂ ਪਹਿਲਾਂ ਡਿਮਾਂਡ ਹੈਗੀ ਹੈ ਕੰਟੈਕਟ ਵਾਲੇ ਸਾਥੀਆਂ ਨੂੰ ਰੈਗੂਲਰ ਕਰਾਇਆ ਜਾਵੇ। ਸੋ ਅੱਜ ਇਹ ਜਿਹੜੀ ਜਿੱਤ ਹੈ ਇਹ ਬੀਬੀਐਮਬੀ ਦੇ ਸਮੂਹ ਮੁਲਾਜ਼ਮਾਂ ਦੀ ਜਿੱਤ ਹੈ। ਜਿੱਤ ਬੇਸ਼ੱਕ ਪਾਵਰ ਵਿੰਗ ਦੇ ਮੁਲਾਜ਼ਮ ਇਲੈਕਸ਼ਨ ਲੜ ਰਹੇ ਸੀ, ਪਰ ਉਹਦੇ ਨਾਲ ਹੀ ਜਿਹੜੇ ਇਰੀਗੇਸ਼ਨ ਦੇ ਮੁਲਾਜ਼ਮ ਹੈ ਉਹਨਾਂ ਨੇ ਵੀ ਬੜਾ ਤਗੜਾ ਇਸ ਇਲੈਕਸ਼ਨ ਦੀ ਕੰਪੇਨ ਦੇ ਵਿੱਚ ਸਹਿਯੋਗ ਕੀਤਾ, ਕਿਉਂਕਿ ਮੰਗਾਂ ਸਾਡੀਆਂ ਸਾਂਝੀਆਂ ਨੇ। ਇਸ ਵੇਲੇ ਜੋ ਮੁਲਾਜ਼ਮਾਂ ਦੀ ਹਾਲਾਤ ਹੈ, ਮਹਿਕਮੇ ਦੇ ਵਿੱਚ ਪੋਸਟਾਂ ਦੀ ਕਮੀ ਹੈ, ਕੰਟਰੈਕਟ ਮੁਲਾਜ਼ਮ ਨੇ, ਮੈਡੀਕਲ ਸਹੂਲਤਾਂ ਨਹੀਂ ਹੈ ਔਰ ਬਹੁਤ ਸਾਰੇ ਮੁਲਾਜ਼ਮ ਜਿਹੜੇ ਆ ਵਿਕਟਮਾਈਜ਼ ਹੋ ਰਹੇ ਆ। ਸੋ ਉਹ ਜਿਹੜੀਆਂ ਲੜਾਈਆਂ ਉਹ ਲੜਾਈਆਂ ਯੂਨੀਅਨ ਦੇ ਅੱਗੇ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਜੋ ਪਿੱਛੇ ਜਥੇਬੰਦੀ ਸਾਡੇ ਰਹੀ ਹੈ 3 ਸਾਲ, ਜੋ ਗਠਬੰਧਨ ਲੜ ਰਿਹਾ ਸੀ ਜਿਹਦੇ ਵਿੱਚ ਪਾਵਰ ਇੰਪਲਾਈ ਯੂਨੀਅਨ ਔਰ ਉਹਦੇ ਨਾਲ ਪੰਜਾਬ ਸਟੇਟ ਕਰਮਚਾਰੀ ਜਥੇਬੰਦੀ ਸਾਂਝੇ ਤੌਰ ਤੇ ਇਲੈਕਸ਼ਨ ਲੜ ਰਹੇ ਸੀ, ਸੋ ਉਹਨਾਂ ਦੇ ਪ੍ਰਤੀ ਜੋ ਲੋਕਾਂ ਦੇ ਵਿੱਚ ਮਨ ਦੇ ਵਿੱਚ ਸੀ ਉਸੇ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਵੱਡੀ ਲੀਡ ਦੇ ਨਾਲ ਇਲੈਕਸ਼ਨ 'ਚ ਜਿੱਤ ਪ੍ਰਾਪਤ ਹੋਈ ਹੈ ਔਰ ਜਿੱਥੇ ਇਹ ਜਿੱਤ ਵੱਡੀ ਹੈ ਉੱਥੇ ਜ਼ਿੰਮੇਵਾਰੀ ਵੀ ਯੂਨੀਅਨ ਦੀ ਵੱਡੀ ਹੈ ਔਰ ਮੈਂ ਆਸ ਕਰਦਾ ਕਿ ਜਥੇਬੰਦੀ ਜਿਵੇਂ ਪ੍ਰਧਾਨ ਜੀ ਦੱਸ ਗਏ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਜਥੇਬੰਦੀ ਜਿੰਨਾ ਵੀ ਕਰ ਸਕੀ ਉਹਦੇ ਲਈ ਵੱਧ ਤੋਂ ਵੱਧ ਕਰਮਚਾਰੀਆਂ, ਕਿਉਂਕਿ ਬੀਬੀਐਮਬੀ ਦੇ ਵਿੱਚ ਰਹਿੰਦੇ ਹੋਇਆਂ ਅਸੀਂ ਆਪਣੇ ਬੀਬੀਐਮਬੀ ਦੇ ਕਰਮਚਾਰੀਆਂ ਦੀਆਂ ਜੋ ਮੰਗਾਂ ਨੇ, ਸਿਹਤ ਸਹੂਲਤਾਂ ਨੇ, ਸਾਡੇ ਕਲੋਨੀ ਦੀਆਂ ਹਾਲਾਤ ਤੁਸੀਂ ਦੇਖਦੇ ਹੋ। ਸੋ ਇਹ ਲੜਾਈ ਲਈ ਯੂਨੀਅਨ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸੰਘਰਸ਼ ਕਰਨਾ ਪਿਆ ਉਹਦੇ ਲਈ ਯੂਨੀਅਨ ਕਰਕੇ ਕਰਮਚਾਰੀਆਂ ਦੀਆਂ ਮੰਗਾਂ ਹੱਲ ਕਰਾਉਣ ਲਈ ਪੁਰਜ਼ੋਰ ਯਤਨ ਕਰੇਗੀ। ਧੰਨਵਾਦ। ਵਰਕਰਾਂ ਪ੍ਰਤੀ ਜੋ ਸੁਨੇਹਾ ਹੈ, ਕਿਉਂਕਿ ਇਸ ਵੇਲੇ ਹਾਲਾਤ ਬਹੁਤ ਖਰਾਬ ਨੇ, ਕਿਉਂਕਿ ਕਰਮਚਾਰੀਆਂ ਦੀ ਬਹੁਤ ਸ਼ੋਰਟੇਜ ਹੈ ਔਰ ਕੰਮ ਦਾ ਦਬਾਅ ਹੈ, ਮੈਂ ਕਰਮਚਾਰੀ ਸਾਥੀਆਂ ਨੂੰ ਇਹੀ ਕਹਾਂਗਾ ਕਿ ਜਿੱਥੇ ਅਸੀਂ ਆਪਣੇ ਮਹਿਕਮੇ ਪ੍ਰਤੀ ਵਫ਼ਾਦਾਰ ਰਹਿਣਾ ਹੈ ਉਸੇ ਅਸੀਂ ਆਪਣੀਆਂ ਮੰਗਾਂ ਪ੍ਰਤੀ ਵੀ ਸੁਚੇਤ ਰਹਿਣਾ ਹੈ, ਕਿਉਂਕਿ ਜੋ ਸਾਡੀਆਂ ਜ਼ਿੰਮੇਵਾਰੀਆਂ ਨੇ ਕੰਮ ਪ੍ਰਤੀ ਉਸੇ ਤਰ੍ਹਾਂ ਹੀ ਜੋ ਸਾਡੀਆਂ ਮਹਿਕਮੇ ਪ੍ਰਤੀ ਜ਼ਿੰਮੇਵਾਰੀਆਂ ਨੇ ਔਰ ਆਪਣੀਆਂ ਜੋ ਸਾਡੀਆਂ ਪ੍ਰਾਪਤੀਆਂ ਵੀ ਨੇ ਉਹਨਾਂ ਸਾਰਿਆਂ ਲਈ ਅਸੀਂ ਜਿਹੜੀ ਲੜਾਈ ਹੈ ਉਹ ਜਾਰੀ ਰੱਖਣੀ ਹੈ। ਕਿਸੇ ਤਰ੍ਹਾਂ ਦੀ ਕੰਮ, ਕਿਉਂਕਿ ਬੀਬੀਐਮਬੀ ਰਹੇਗਾ ਤਾਂ ਅਸੀਂ ਰਹਾਂਗੇ ਸਾਥੀਓ, ਕਿਉਂਕਿ ਅਸੀਂ ਬੀਬੀਐਮਬੀ ਦੇ ਖੜੇ ਰਹਿਣ ਲਈ ਵੀ ਇੱਕ ਲੜਾਈ ਲੜਨੀ ਹੈ ਔਰ ਆਪਣੇ ਸਾਥੀਆਂ ਦੇ ਜੋ ਮੰਗਾਂ ਨੇ ਉਹਨਾਂ ਲਈ ਵੀ ਲੜਾਈ ਲੜਨੀ ਹੈ ਸਾਥੀ। ਧੰਨਵਾਦ ਸਰ।